ਇਹ ਜੋ ਤਸਵੀਰਾਂ ਤੁਸੀਂ ਆਪਣੀ ਸਕਰੀਨ 'ਤੇ ਦੇਖ ਰਹੇ ਹੋ, ਇਹ ਮੋਟਰਸਾਈਕਲ ਚੋਰੀ ਕਰਨ ਆਏ ਦੋ ਚੋਰਾਂ ਦੀਆਂ ਹਨ, ਜਿਨ੍ਹਾਂ ਨੂੰ ਮੁਹੱਲਾ ਵਾਸੀਆਂ ਨੇ ਰੰਗੇ ਹੱਥੀਂ ਮੋਟਰਸਾਈਕਲ ਚੋਰੀ ਕਰਦਿਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਮੋਟਰਸਾਈਕਲ ਦੇ ਮਾਲਕ ਹੀਰਾ ਨੇ ਦੱਸਿਆ ਕਿ ਉਹਨਾਂ ਦੇ ਘਰ ਜਗ੍ਹਾ ਘੱਟ ਹੋਣ ਕਾਰਨ ਉਹ ਆਪਣਾ ਮੋਟਰਸਾਈਕਲ ਘਰ ਦੇ ਬਾਹਰ ਹੀ ਖੜ੍ਹਾ ਕਰਦੇ ਹਨ, ਅਤੇ ਬੀਤੀ ਦੇਰ ਸ਼ਾਮ ਉਸਦੀ ਭਤੀਜੀ ਦਾ ਫੋਨ ਆਇਆ ਕਿ ਦੋ ਚੋਰ ਉਸਦੇ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਰਹੇ ਨੇ। ਜਿਸ ਤੋਂ ਬਾਅਦ ਉਹਨਾਂ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਦੋਵਾਂ ਚੋਰਾਂ ਨੂੰ ਕਾਬੂ ਕੀਤਾ ਅਤੇ ਪੁਲਿਸ ਹਵਾਲੇ ਕਰ ਦਿੱਤਾ। ਭਾਈ ਮਾਬੜਾ, ਇੱਦਾਂ ਮੈਂ ਮੋਟਰਸਾਈਕਲ ਦੇ ਅੰਦਰ ਗਿਆ, ਮੈਂ ਅੰਦਰ ਬਹਿ ਕੇ ਰੋਟੀ ਖਾਣ ਲੱਗਾ ਸੀਗਾ। ਮੇਰੀ ਭਤੀਜੀ ਦਾ ਫੋਨ ਹੈ ਕਿ ਚਾਚਾ ਬਣੀ ਤੇਰਾ ਕੋਈ ਮੋਟਰਸਾਈਕਲ ਚੱਕ ਕੇ ਲੈ ਕੇ ਜਾ ਰਿਹਾ ਵਾ, ਠੀਕ ਆ। ਮੈਂ ਬਾਹਰ ਨਿਕਲਿਆ ਕਿ ਚੋਰ ਨੇ ਮੋਟਰਸਾਈਕਲ ਲੈ ਕੇ ਭੱਜਿਆ, ਮੈਂ ਨਾਲ ਮਗਰ ਮਗਰ ਭੱਜਿਆ, ਪਰ ਉਹ ਬਹੁਤ ਤੇਜ਼ੀ ਨਾਲ ਸੀਗਾ, ਪਰ ਫਿਰ ਮੈਂ ਬਹੁਤ ਪੂਰਾ ਜ਼ੋਰ ਲਾਇਆ, ਮੈਂ ਉਹਨੂੰ ਫੜਨ ਲੱਗਾ ਸੀਗਾ, ਉਹ ਮੋਟਰਸਾਈਕਲ ਚੜ੍ਹ ਕੇ ਭੱਜ ਗਿਆ। ਅੱਗੇ ਅੱਗੇ ਮੁੰਡਾ ਸੀਗਾ ਇੱਕ, ਪਤਾ ਨਹੀਂ ਜਿਹੜਾ ਭੱਥੂ ਦਾ ਮੁੰਡਾ, ਵਿਚਾਰੀ ਵਿਚਾਰਾ ਉਹਦਾ ਧੰਨਵਾਦ ਜਿਹੜਾ ਉਹਨੇ ਵਿਚਾਰੇ ਫੜਿਆ ਉਹਨੂੰ ਤੋੜ ਤੱਕ, ਜੇ ਨਾ ਦੱਸਿਆ ਸਾਡੇ ਕੋਲ ਚੋਰ ਫੜਨਾ ਹੁੰਦਾ, ਠੀਕ ਆ ਜੀ। ਸਾਡੇ ਕਹਿੰਦੇ ਜਗ੍ਹਾ ਘੱਟ ਸੀ, ਮੋਟਰਸਾਈਕਲ ਬਾਹਰ ਗੜੀ 'ਚ ਖੜਾ ਕਰੀਦਾ ਵਾ ਕਿ ਸਾਡੇ ਕੋਲ ਜਗ੍ਹਾ ਹੈ ਨਹੀਂ ਗੀ, ਠੀਕ ਨਹੀਂ। ਮੋਟਰਸਾਈਕਲ ਪਹਿਲਾਂ ਸਾਡੇ ਦੋ ਖੜਦੇ ਆ, ਇਹਨਾਂ ਨੇ ਆਪਣਾ ਮਤਲਬ ਕਿ ਕਬੂਲ ਕੀਤਾ ਵਾ ਕਿ ਕਬੂਲ ਕਰਦੇ ਤੁਸੀਂ ਆਪ ਤੁਸੀਂ ਆਪਾਂ ਪੁੱਛਿਆ ਜੀ ਤੁਸੀਂ, ਹਾਂਜੀ ਕਬੂਲ ਕੀਤਾ ਉਹਨਾਂ ਨੇ, ਕਬੂਲ ਕੀਤਾ, ਹਾਂ ਕਬੂਲ ਕੀਤਾ ਉਹਨਾਂ ਨੇ, ਪਤਾ ਲੱਗਾ ਕਿੱਥੇ ਰਹਿਣ ਵਾਲੇ, ਪਤਾ ਦੱਸਿਆ ਉਹਨਾਂ ਨੇ ਕਿੱਥੇ ਦੇ ਰਹਿਣ ਵਾਲੇ ਆ, ਰਣਜੀਤਪੁਰ ਜਗਜੀਤਪੁਰ ਦਾ ਭਾਜੀ ਦੋਨੇ, ਹਾਂਜੀ ਜਗਜੀਤਪੁਰ ਦਾ ਇੱਕ ਰਾਵਲ ਪਿੰਡੀ ਦਾ। ਉਧਰ ਚੋਰੀ ਕਰਨਾ ਇਹ ਚੋਰਾਂ ਵਿੱਚੋਂ ਇੱਕ ਚੋਰ ਸ਼ਮਸ਼ੇਰ ਵਾਸੀ ਜਗਜੀਤ ਪੌਰ ਨੇ ਜਿੱਥੇ ਆਪਣਾ ਜੁਰਮ ਕਬੂਲ ਕਰ ਲਿਆ, ਉੱਥੇ ਹੀ ਉਸਦੇ ਨਾਲ ਦੇ ਸਾਥੀ ਪਿੰਦਰ ਕੁਮਾਰ ਵਾਸੀ ਰਾਵਲ ਪਿੰਡੀ ਦਾ ਕਹਿਣਾ ਹੈ ਕਿ ਉਸਨੇ ਚੋਰੀ ਨਹੀਂ ਕੀਤੀ। ਫਿਲਹਾਲ ਮੁਹੱਲਾ ਵਾਸੀਆਂ ਨੇ ਇਹਨਾਂ ਦੋਵਾਂ ਚੋਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਸ਼ਮਸ਼ੇਰ ਕਿਹੜੇ ਪਿੰਡ ਤੋਂ? ਅੱਜ ਤੂੰ ਮੋਟਰਸਾਈਕਲ ਚੱਕਣ ਆਇਆ ਇੱਧਰ ਮੁਹੱਲੇ ਦੇ ਵਿੱਚ, ਕੀ ਕਾਰਨ ਚੱਕਿਆ ਮੋਟਰਸਾਈਕਲ? ਹੈਂ, ਕੱਲ੍ਹ ਹੀ ਚੱਕਿਆ, ਇਹਨੂੰ ਪੁੱਛਣਾ ਜੀ ਕੋਈ ਕਮੀ, ਕੋਈ ਨਸ਼ਾ ਪੱਤਾ ਕਰ ਤੂੰ? ਨਸ਼ਾ ਕਰਦਾ? ਨਹੀਂ ਤੂੰ ਚੋਰੀ ਕੀਤੀ ਹੈ ਮੰਨਦਾ? ਮੇਰਾ ਜੀ ਬਿੰਦਰ ਕੁਮਾਰ ਆ। ਬਿੰਦਰ ਕੁਮਾਰ ਕੀ ਮਾਮਲਾ ਜੀ ਜਿਹੜਾ ਤੂੰ ਇੱਥੇ ਆਇਆ? ਜੀ ਪਤਾ ਕੀ ਆ ਜੀ, ਝੂਠ ਨਹੀਂ ਬੋਲਣਾ, ਇਹ ਮੈਨੂੰ ਟੱਕਰਿਆ ਬੱਸ ਛੱਡੇ, ਮੈਂ ਆਇਆ ਆਪਣੇ ਸਹੁਰਿਆਂ ਤੋਂ, ਮੈਂ ਕਰਿਆ ਜੀ ਅਲਾਰਮ ਐਚ ਕਰਕੇ, ਥੋੜ੍ਹੀ ਜਿਹੀ ਲਾਕਡਾਊਨ ਚੱਲਦੀ ਸੀ ਮੇਰੇ ਟੱਬਰ 'ਚ, ਉਹ ਕਹਿੰਦੇ ਸੀਗੇ ਵੀ ਮਤਲਬ ਕੁੜੀ ਭੱਜ ਦੌੜ ਗਈ, ਮੈਂ ਕੋਈ ਗੱਲ ਨਹੀਂ, ਠੀਕ ਆ ਜੀ। ਮੈਂ ਆਇਆ ਉੱਧਰੋਂ, ਇਹ ਮੈਂ ਇੱਧਰੋਂ ਜਦੋਂ ਆਉਂਦਾ ਸੀਗਾ ਸਕੂਟਰੀ ਵਾਲੇ ਭਾਜੀ ਨੂੰ ਰੋਕਿਆ, ਮੈਂ ਕਿਹਾ ਵੀ ਭਾਜੀ ਰੋਕ ਜਾਓ, ਮੈਂ ਕਿਹਾ ਭਾਜੀ ਮੈਂ ਰੋਲ ਪਿੰਡੀ ਨੂੰ ਜਾਣਾ, ਵੀ ਤੂੰ ਛੱਡਿਆ ਮੈਨੂੰ, ਜੇ ਮੈਂ ਚੋਰ ਹੁੰਦਾ ਮੈਂ ਕਹਿਣਾ ਨਹੀਂ ਸੀ ਭਾਜੀ ਉਹਨੂੰ, ਠੀਕ ਆ ਜੀ। ਮੈਂ ਕੱਲੇ ਕਹਿਣਾ ਜਾਂ ਚੋਰੀ ਮੈਂ? ਤੁਸੀਂ ਕਿੱਥੇ ਦੇ ਆ? ਇਹ ਮੇਰੇ ਭਰਾ ਨੂੰ ਜਾਣਦਾ। ਤੁਸੀਂ ਕਿੱਥੇ ਦੇ? ਇਹ ਕਿੱਥੇ ਦਾ? ਇਹ ਜਗਜੀਤ ਪੁਰ ਦਾ। ਕੀ ਇਹਦਾ ਨਾਮ ਵਗੈਰਾ ਕੀ ਹੈ? ਇਹਦਾ ਨਾਮ ਸ਼ੇਰੀ ਆ ਜੀ। ਹੈ ਸ਼ੇਰੀ? ਪੱਕਾ ਨਾਮ ਦੱਸ। ਪੱਕਾ ਨਾਮ ਹੈ ਜਮਸ਼ੇਰ ਆ। ਜਮਸ਼ੇਰ, ਹਾਂਜੀ, ਇਹ ਮੇਰੇ ਭਰਾ ਨੂੰ ਜਾਣਦਾ ਜੀ। ਤੇ ਅੱਜ ਇੱਥੇ ਗੁਰਦੁਆਰੇ 'ਚ ਕੀ ਕਰਨ ਆਏ ਸੀ ਤੂੰ? ਮੈਂ ਤਾਂ ਜੀ ਮੈਂ ਕਿਹਾ ਜੇ ਮੈਂ ਗਲੀ ਦੇ ਵਿੱਚ ਇਹਨਾਂ ਦੇ 'ਚ ਗਿਆ, ਮੈਂ ਗੁਣੇ ਗਾ ਰਿਹਾ ਆਪਣਾ, ਮੈਨੂੰ ਇੱਥੇ ਬਿਜਾ ਲਿਓ, ਘਰ ਜਾਣ ਦੀ ਮੈਨੂੰ ਲੋੜ, ਮੈਂ ਗਲੀ 'ਚ ਗਿਆ ਨਹੀਂ, ਮੈਂ ਮੰਨ ਕੇ ਗੱਲਾਂ, ਇਹਨੇ ਮੇਰਾ ਨਾਂ ਲਿਆ, ਇਹ ਗਿਆ, ਇਹ ਗਿਆ, ਇਹ ਪਿੱਛੋਂ ਰੌਲਾ ਪਾਉਂਦਾ ਹੁੰਦਾ ਸੀ, ਅੱਜ ਕਿਲੋਮੀਟਰ ਦੇ ਮੂਹਰੇ ਖੜੇ ਸੀ। ਮੋਟਰਸਾਈਕਲ ਚੱਕਿਆ? ਮੋਟਰਸਾਈਕਲ ਦਾ ਪਤਾ ਨਹੀਂ ਜੀ, ਇਹ ਕੱਲਾ ਕੈਮਰੇ ਲੱਗਿਆ, ਟੈਨਸ਼ਨ ਆ ਤੂੰ।